ਦੋਸਤੋ ਅੱਜ ਪੰਜਾਬੀ ਫਿਲਮ ਕੈਰੀ ਔਨ ਜੱਟਾ ਦਾ ਪ੍ਰੀਮੀਅਰ ਹੋਣ ਜਾ ਰਿਹਾ, ਜਿਸ ਵਿੱਚ ਕਈ ਸਿਤਾਰੇ ਆਉਣ ਵਾਲੇ ਆ ਤੇ ਆਪਾਂ ਤੁਹਾਡੇ ਸਾਰਿਆਂ ਨੂੰ ਇਹਨਾਂ ਸਿਤਾਰਿਆਂ ਨਾਲ ਮਿਲਾਵਾਂਗੇ। ਬਹੁਤ ਜ਼ਿਆਦਾ ਐਕਸਾਈਟਿਡ ਹੈ ਕੈਰੀ ਔਨ ਜੱਟਾ ਗਿੱਪੀ ਰੌਕਸ। ਕੈਰੀ ਔਨ ਜੱਟਾ ਜੀ ਸ਼ੁਰੂ ਹੋਣ ਜਾ ਰਹੀ ਹੈ, ਸਾਡੇ ਦਿਲ ਦੀ ਧੜਕਣ ਤੇਜ਼ ਹੈ ਪਰ ਸਾਨੂੰ ਬਹੁਤ ਕੌਨਫੀਡੈਂਸ ਹੈ ਕਿਉਂਕਿ ਸਾਰਿਆਂ ਨੇ ਮਿਹਨਤ ਨਾਲ ਕੰਮ ਕੀਤਾ ਅਤੇ ਫਿਲਮ ਬਹੁਤ ਜ਼ਿਆਦਾ ਵਧੀਆ ਬਣੀ ਆ। ਜਿੰਨੀ ਜਲਦੀ ਇਹਦੇ ਸਿਰਫ ਤਿੰਨ ਹੀ ਗੱਲਾਂ ਕਹਾਂਗਾ ਜੀ ਮੈਂ, ਕੈਰੀ ਔਨ ਜੱਟਾ। ਇਸ ਗੱਲ ਦੀ ਅਸੀਂ ਗਰੰਟੀ ਲੈਂਦੇ ਹਾਂ ਵੀ ਜੇ ਆਉਂਗੇ ਤਾਂ ਨਾ ਕੁਛ ਨਹੀਂ ਹੋਵੋਗੇ, ਸੋ ਇਸ ਕਰਕੇ ਕਹਿਣਾ ਸਿਨੇਮਾ ਹਾਲ ਭਰ ਦਿਓ ਕੈਰੀ ਔਨ ਜੱਟਾ। ਤੁਸੀਂ ਸਮਝ ਲਓ ਮੈਂ ਜੰਮਿਆ ਨਹੀਂ, ਹੁਣ ਬਣਾ ਲਓ ਪ੍ਰੋਗਰਾਮ ਜਿਹੜਾ ਬਣਾਉਣਾ ਜੇ। ਆਡੀਅੰਸ ਨੇ ਫਿਲਮ ਦੇਖੀ, ਬਹੁਤ ਤਾਰੀਫ ਕਰ ਰਹੀ ਹੈ ਤੇ ਕੁੱਗੀ ਭਾਜੀ ਤਾਂ ਇਹ ਵੀ ਕਹਿ ਚੁੱਕੇ ਕਿ ਇਹਨੇ ਗਲਤੀ ਫੜਨ ਦੀ ਕੋਸ਼ਿਸ਼ ਕੀਤੀ ਪਰ ਗਲਤੀ ਫੜ ਨਹੀਂ ਸਕੇ। ਕੀ ਖਾਸ ਰਿਹਾ ਇਸ ਫਿਲਮ ਦੇ ਦੌਰਾਨ, ਕੀ ਖਾਸ ਯਾਦਾਂ ਜੁੜੀਆਂ? ਯਾਦਾਂ ਜੁੜੀਆਂ ਜੀ ਸਾਰੇ, ਇੱਕ ਤਾਂ ਸਾਰੇ ਫਰੈਂਡਸ ਨਾਲ ਕੰਮ ਕਰਨ ਦਾ ਮਜ਼ਾ ਆਇਆ ਬਹੁਤ ਜ਼ਿਆਦਾ, ਹੈ ਨਾ ਜੀ। ਅਤੇ ਇੱਕ ਹੈ ਕਿ ਆਊਟ ਐਂਡ ਆਊਟ ਕਾਮੇਡੀ ਪਹਿਲੀ ਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪਹਿਲਾਂ ਇਹ ਕੌਮਿਕ ਟਰੈਕਸ ਹੁੰਦੇ ਸੀ ਫਿਲਮਾਂ ਦੇ ਅੰਦਰ, ਭਾਜੀ ਨੂੰ ਵੀ ਇਹ ਸ਼ਿਕਾਇਤ ਰਹੀ ਆ ਕਿ ਕੌਮਿਕ ਟਰੈਕਸ ਹਿੱਟ ਹੁੰਦੇ ਨੇ, ਆਊਟ ਐਂਡ ਆਊਟ ਕਾਮੇਡੀ ਕਿਉਂ ਨਾ ਆਪਾਂ ਟਰਾਈ ਕਰੀਏ। ਸੋ ਟਰਾਈ ਕੀਤੀ ਔਰ ਐਪਰੀਸ਼ੀਏਟ ਹੋ ਰਹੀ ਹੈ ਤਾਂ ਬਹੁਤ ਅੱਛਾ ਲੱਗਦਾ। ਮੈਂ ਹੁਣੇ ਹੁਣੇ ਕੈਰੀ ਔਨ ਜੱਟਾ ਫਿਲਮ ਦੇਖ ਕੇ ਆਇਆ ਅਤੇ ਮੈਂ ਜ਼ਿਆਦਾ ਕੁਛ ਨਹੀਂ ਕਹਾਂਗਾ, ਦਰਸ਼ਕਾਂ ਕੋਲ ਹੀ ਪੁੱਛ ਲੈਂਦੇ ਹਾਂ ਕਿ ਫਿਲਮ ਕਿੱਦਾਂ ਲੱਗੀ। ਦਰਸ਼ਕੋ ਦੱਸੋ ਫਿਲਮ ਕਿੱਦਾਂ ਲੱਗੀ ਤੁਹਾਨੂੰ? ਦਰਅਸਲ ਅਸੀਂ ਹੁਣੇ ਕੈਰੀ ਔਨ ਜੱਟਾ ਦੇਖ ਕੇ ਨਿਕਲੇ ਹਾਂ ਅਤੇ ਫਿਲਮ ਤਾਂ ਰਨਰ ਰਣਵੀਰ ਰਾਣੀ ਬਾਹਰ ਆ ਕੇ ਚੁੱਪ ਕਰਨਾ ਪੈਂਦਾ, ਅੰਦਰ ਤਾਂ ਹਾਸੇ ਹੱਸ ਹੱਸ ਕੇ ਬੱਖੀਆਂ ਟੁੱਟ ਜਾਂਦੀਆਂ, ਪੁੜਪੜੀਆਂ ਦਰਦ ਕਰ ਲੈ ਜਾਂਦੀਆਂ। ਐਫ ਡੀਆਂ ਕਿੱਥੋਂ ਮਿਲਦੀਆਂ ਮੈਨੂੰ ਵੀ ਦੱਸ ਦਿਉ, ਮੈਂ ਵੀ ਐਫ ਡੀ ਕੈਸ਼ ਕਰਾਉਣਾ। ਦੇਖੋ ਐਫ ਡੀ ਮੈਨੂੰ ਪਤਾ ਲੱਗ ਜਾਂਦਾ ਕਿੱਥੋਂ ਮਿਲਦੀ ਹੈ ਤਾਂ ਮੈਨੂੰ ਮਿਹਨਤ ਤਰਲਾ ਕਰਨ ਦੇ, ਮੈਂ ਫਿਲਮ ਦੇ ਵਿੱਚ ਨਾ ਹੀ ਹੁੰਦਾ ਤਾਂ ਮੈਂ ਤਾਂ ਐਫ ਡੀ ਦੇ ਮਗਰ ਹੀ ਪਿਆ ਰਿਹਾ। ਤਾਂ ਬਾਕੀ ਇਹ ਗੱਲ ਹੈ ਕਿ ਜਿੰਨੀ ਮਿਹਨਤ ਨਾਲ ਜਿੰਨੀ ਮੁਸ਼ਕਤ ਨਾਲ ਸਾਰੀ ਟੀਮ ਨੇ ਕੰਮ ਕੀਤਾ ਸੀ ਉਹ ਮਿਹਨਤ ਸਾਨੂੰ ਦੇਖ ਕੇ ਸਵਾਦ ਆ ਗਿਆ। ਕੈਰੀ ਔਨ ਜੱਟਾ ਹੁਣ ਮੇਰੇ ਨਾਲ ਇੱਕ ਐਸੀ ਪਰਸਨੈਲਿਟੀ ਹੈ ਜਿਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਉਨੀ ਹੀ ਘੱਟ ਹੈ। ਸਰ ਪਹਿਲੇ ਕੋਟ ਦਾ ਡਾਇਲੋਗ ਸੁਣਾ ਦਿਓ, ਇਸ ਹਰ ਫਿਲਮ 'ਚ ਤੁਹਾਡਾ ਅਨੋਖਾ ਡਾਇਲੋਗ ਹੁੰਦਾ, ਇਸ ਫਿਲਮ 'ਚ ਕੋਟ ਦਾ ਡਾਇਲੋਗ ਕੀ ਸੀ ਉਹ ਜਨਤਾ ਨੂੰ ਸੁਣਾ ਦਿਓ। ਐਕਚੁਲੀ ਉਹ ਕਾਊਂਟਰ ਪਾਰਟ ਉਹਦੇ ਵਿੱਚ ਵੀਨੂ ਢਿੱਲੋਂ ਜੀ ਨੇ, ਅੱਧਾ ਡਾਇਲੋਗ ਮੈਂ ਬੋਲਦਾ ਅੱਧਾ ਉਹ ਫਿਲ ਕਰਦੇ ਆ। ਜਿਵੇਂ ਮੈਂ ਹਰ ਵਾਰੀ ਹਵਾ ਜੀ ਕਰਨ ਨੂੰ ਕਹਿ ਦਿੰਦਾ ਇਹ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਉਹ ਕਹਿੰਦਾ ਕੋਈ ਹੋਰ ਰੰਗ ਹੈ ਨਹੀਂ ਸੀ ਤਾਂ ਪਾਇਆ। ਲਾਈਕ ਦੈਟ ਵੀ ਜਿੰਨੀ ਵਾਰੀ ਮੈਂ ਕਹਿਣਾ ਵੀ ਕਾਲਾ ਕੋਟ ਐਵੇਂ ਨਹੀਂ ਪਾਇਆ ਉਹਨੇ ਕਾਊਂਟਰ ਪੰਚ ਮਾਰਨਾ। ਸਿਮੀ ਰਾਲੀਆ ਦੇ ਵਿੱਚ ਇੱਕ ਹੋਰ ਤੱਕਿਆ ਕਲਾਮ ਆ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ। ਐਂਡ ਸਮੀਪ ਕੰਗ ਦੇ ਨਾਲ ਸੈਕਿੰਡ ਜੁਗਲਬੰਦੀ ਤੁਹਾਡੀ ਕਿੱਦਾਂ ਦੀ ਰਹੀ? ਦੇਖੋ ਜੀ ਸਮੀਪ ਕੰਗ ਇੱਕ ਵਧੀਆ ਡਾਇਰੈਕਟਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਵਧੀਆ ਇਨਸਾਨ ਆ ਜਿਹਨੂੰ ਹਰ ਇੱਕ ਫਨਕਾਰ ਨੂੰ ਹਰ ਇੱਕ ਕਲਾਕਾਰ ਨੂੰ ਸਤਿਕਾਰ ਪਿਆਰ ਮੁਹੱਬਤ ਦੇਣੀ ਆਉਂਦੀ ਆ ਔਰ ਉਸ ਤੋਂ ਕੰਮ ਲੈਣਾ ਆਉਂਦਾ। ਪਿਛਲੀ ਫਿਲਮ ਚੱਕ ਦੇ ਫੱਟੇ ਵਿੱਚ ਮਾਹੀ ਦੇ ਨਾਲ ਅਸੀਂ ਪਹਿਲਰ ਹੀਰੋ ਸੀਗੇ, ਇਸ ਫਿਲਮ 'ਚ ਮੇਰੀ ਨੌਂਹ ਬਣੀ ਆ ਅਤੇ ਮੈਂ ਉਹਨੂੰ ਕਿਹਾ ਮੇਰੀ ਪ੍ਰਮੋਸ਼ਨ ਆ ਕਿ ਮੇਰੀ ਡਿਮੋਸ਼ਨ ਆ ਇਹ, ਕਹਿੰਦੇ ਜਦੋਂ ਤੁਸੀਂ ਫਿਲਮ ਦਾ ਜਾਣੀ ਦੇਖੋਗੇ ਦੈਨ ਯੂ ਵਿਲ ਕਮ ਟੂ ਸੀ ਆ ਮੇਰਾ ਕੁਝ ਵੀ ਆ ਗਿਆ। ਦਿਸ ਮੂਵੀ ਹੀ ਇਜ਼ ਬੈਸਟ। ਮੈਂ ਭਾਈ ਕਹਿ ਚੁੱਕਿਆ ਦੋਨਾਂ ਜੰਗ ਹੋ ਜੇ ਨਾ ਧੱਕਾ ਜੀ ਨਹੀਂ ਪੱਲਾ ਸਾਹਿਬ ਇਜ਼ ਆਲਵੇਜ਼ ਬੈਸਟ। ਪਰ ਇਹਨਾਂ ਦੇ ਜਿਹੜੇ ਇੰਨੀ ਮਤਲਬ ਕਮਾਲ ਦੇ ਪੰਚਸ, ਸਟਲ ਪੰਚਸ ਔਰ ਇੰਨੀ ਟਾਈਮਿੰਗ ਦੇ ਨਾਲ ਪੰਚਸ ਜਿਹੜੇ ਭਾਜੀ, ਰੀਲੀ ਮੈਂ ਅੱਜ ਤੁਹਾਡਾ ਫੈਨ ਤਾਂ ਪਹਿਲਾਂ ਹੀ ਸੀ। ਜਾਂਦੇ ਜਾਂਦੇ ਮੈਂ ਦਰਸ਼ਕਾਂ ਨੂੰ ਕਹੂੰਗਾ ਕੈਰੀ ਔਨ ਜੱਟਾ। ਲੱਗਦਾ ਜੱਟ ਸ਼ਬਦ ਨਾਲ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਹੈ, ਪਹਿਲੇ ਜੱਟ ਐਂਡ ਜੂਲੀਅਟ ਅਤੇ ਹੁਣ ਕੈਰੀ ਔਨ ਜੱਟਾ, ਬੈਕ ਟੂ ਬੈਕ ਸੈਕਿੰਡ ਫਿਲਮ ਤੁਹਾਡੀ, ਕੀ ਲੱਗ ਰਿਹਾ? ਥੈਂਕ ਯੂ ਵੈਰੀ ਮੱਚ ਜੀ, ਅੱਜ ਇਹ ਪ੍ਰੀਮੀਅਰ ਹੋ ਕੇ ਹਟਿਆ, ਲੋਕਾਂ ਨੇ ਬਹੁਤ ਹੀ ਪਸੰਦ ਕੀਤੀ ਹੈ ਫਿਲਮ। ਮੈਨੂੰ ਉਮੀਦ ਹੈ ਕਿ ਇਹ ਵੀ ਜੱਟ ਐਂਡ ਜੂਲੀਅਟ ਦੇ ਸਾਰੇ ਰਿਕਾਰਡ ਬ੍ਰੇਕ ਕਰੇਗੀ ਅਤੇ ਇਹ ਪੰਜਾਬੀਆਂ ਦੇ ਦਿਲਾਂ ਦੀ ਫਿਲਮ ਹੈ। ਉਹ ਤੈਨੂੰ ਸਾਲਿਆ ਕੀ ਲੋੜ ਸੀ ਭੱਜ ਕੇ ਬਹਿ ਕਰਾਉਣ ਦੀ ਓਏ, ਸਾਡੇ ਮਿਲਣੇ ਵਾਲੇ ਕੰਬਲ ਤਾਂ ਗਏ ਬਸ, ਕੋਈ ਚਾਰ ਬੰਦਿਆਂ ਨੂੰ ਦੱਸਦਾ ਜਿਹੜੇ ਲੋਕਾਂ ਵੱਲ ਸ਼ਗਨ ਗਏ ਹੋਏ ਸੀ, ਘੱਟੋ ਘੱਟ ਉਹ ਤਾਂ ਇਕੱਠੇ ਹੁੰਦੇ। ਫਿਲਮ ਦਾ ਪਹਿਲਾ ਸ਼ੋਅ ਹੋ ਗਿਆ ਐਂਡ ਮੇਰੇ ਨਾਲ ਹੈ
ਗਿੱਪੀ ਗਰੇਵਾਲ ਦਾ ਬਹੁਤ ਪਿਆਰੀ ਫਿਲਮ ਸੀ ਐਂਡ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਬਹੁਤ ਸਾਰੇ ਕਿਰਦਾਰ ਸੀ ਕਿਹੜਾ ਕਿਰਦਾਰ ਤੁਹਾਨੂੰ ਸਭ ਤੋਂ ਅੱਛਾ ਲੱਗਿਆ ਅਤੇ ਕਿਉਂ ਮੈਨੂੰ ਕਾਫੀ ਕਿਰਦਾਰ ਬਹੁਤ ਵਧੀਆ ਲੱਗੇ ਜੀ ਡੈਫੀਨੇਟਲੀ ਮੈਨੂੰ ਕਿਉਂਕਿ ਮੈਂ ਆਪਣਾ ਕਿਰਦਾਰ ਇਸ ਲਈ ਚੁਣਿਆ ਸੀ ਮੈਨੂੰ ਉਸ ਸਟਾਈਲ ਦਾ ਕੰਮ ਪਸੰਦ ਆ ਅਤੇ ਵੀਨੂ ਢਿੱਲੋਂ ਜੀ ਦਾ ਕਿਰਦਾਰ ਬਹੁਤ ਵਧੀਆ ਅਤੇ ਜਸਵਿੰਦਰ ਭੱਲਾ ਸਾਹਿਬ ਦਾ ਐਂਡ ਹੁਣ ਮੰਨਿਆ ਜਾਏਗੀ ਜੱਟ ਐਂਡ ਜੂਲੀਅਟ ਦੇ ਬਾਅਦ ਇੱਕ ਦੇ ਬਾਅਦ ਇੱਕ ਹੋਰ ਹਿੱਟ ਫਿਲਮ ਆਉਣ ਜਾ ਰਹੀ ਹੈ ਬਾਕਸ ਆਫਿਸ ਡੈਫੀਨੇਟਲੀ ਜੀ ਇਹ ਗੱਲਾਂ ਵਧੀਆ ਨੇ ਜ਼ਰੂਰੀ ਆ ਜੱਟ ਐਂਡ ਜੂਲੀਅਟ ਨੇ ਬਹੁਤ ਰਿਕਾਰਡ ਬ੍ਰੇਕ ਕੀਤੇ ਨੇ ਸੋ ਉਹ ਗੱਲਾਂ ਸਾਡੇ ਪੰਜਾਬੀ ਸਿਨੇਮਾ ਨੂੰ ਬਹੁਤ ਸਪੋਰਟ ਮਿਲੀ ਆ ਅਤੇ ਮਾਲਕ ਦੀ ਕਿਰਪਾ ਰਹੀ ਅਤੇ ਕਹਿ ਰਹੀ ਹੋ ਜੱਟਾਂ ਨੂੰ ਵੀ ਸਾਰੇ ਇੱਦਾਂ ਹੀ ਸਪੋਰਟ ਕਰਨਗੇ ਕਿਰਦਾਰ ਜਿੱਦਾਂ ਤੁਸੀਂ ਕਿਰਦਾਰ ਦੀ ਗੱਲ ਕੀਤੀ ਹਰ ਇੱਕ ਕਿਰਦਾਰ ਨੇ ਆਪਣੇ ਆਪਣੇ ਕਿਰਦਾਰ 'ਚ ਬਹੁਤ ਅੱਛਾ ਕੰਮ ਕੀਤਾ ਇਹਦੇ ਵਾਸਤੇ ਕਿੰਨਾ ਕੰਮ ਕਰਨਾ ਪਿਆ ਤੁਹਾਨੂੰ ਵਰਕਆਊਟ ਕਿੰਨਾ ਕਰਨਾ ਪਿਆ ਇਸ ਕਿਰਦਾਰ 'ਚ ਆਉਣ ਵਾਸਤੇ ਕੋਈ ਵੀ ਕਿਰਦਾਰ ਆ ਜੀ ਦੇਖੋ ਉਹਦੇ ਲਈ ਵਰਕਆਊਟ ਤਾਂ ਬੰਦੇ ਨੂੰ ਕਰਨਾ ਹੀ ਪੈਂਦਾ ਦਿਮਾਗ 'ਚ ਸੋਚਣਾ ਪੈਂਦਾ ਕਿ ਕੀ ਸੀਨ ਆ ਕੀ ਰੋਲ ਆ ਕੀ ਕਰੈਕਟਰਾਈਜੇਸ਼ਨ ਆ ਸੋ ਐਵਰੀਥਿੰਗ ਬੰਦੇ ਨੂੰ ਪ੍ਰੋਪਰ ਬਿਠਾਉਣੀ ਪੈਂਦੀ ਹੈ ਕਿਉਂਕਿ ਬਹੁਤ ਸੀਨ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਮੈਂ ਖੜਾ ਵਾਂ ਮੇਰੇ 'ਤੇ ਸਾਰੇ ਬੰਦੇ ਛਾ ਰਹੇ ਨੇ ਆਲੇ ਦੁਆਲੇ ਬਟ ਉਸ ਚੀਜ਼ 'ਚ ਇੱਕ ਆਪਣਾ ਮਜ਼ਾ ਵਾ ਐਜ਼ ਏ ਸਕ੍ਰਿਪਟ ਕੀ ਚੀਜ਼ ਆ ਉਸ ਨੂੰ ਸਮਝਣਾ ਪੈਂਦਾ ਪੜ੍ਹਨਾ ਪੈਂਦਾ ਸੋ ਹਰ ਰੋਲ ਲਈ ਐਫਰਟ ਤਾਂ ਕਰਨੀ ਪੈਂਦੀ ਹੈ ਐਂਡ ਜਾਂਦੇ ਜਾਂਦੇ ਕੈਰੀ ਔਨ ਜੱਟਾ